ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। 25 ਸਤੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਅੰਮ੍ਰਿਤਸਰ ਦੇ ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ ਤੇ ਮੰਤਰੀ ਤੇ ਕਾਂਗਰਸ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਾਰੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਨੂੰ ਕਿਸਾਨਾਂ ਦਾ ਸਾਥ ਦੇਣ ਲਈ ਕਿਹਾ ਹੈ। ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਅਤੇ ਕਿਸਾਨ ਆਰਡੀਨੈਂਸ ਦੇ ਵਿਰੋਧ ਵਿੱਚ ਅਸੀਂ ਸਭ ਸੜਕਾਂ 'ਤੇ ਉਤਰਾਂਗੇ। ਜਲਦ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਅਗਵਾਈ ਹੇਠ ਅਸੀਂ ਦਿੱਲੀ ਵੱਲ ਧਰਨਾ ਦੇਣ ਦਾ ਪਲਾਨ ਬਣਾ ਰਹੇ ਹਾਂ। ਕਾਂਗਰਸ ਸਰਕਾਰ ਦਿੱਲੀ ਵਿੱਚ ਕਿਸਾਨਾਂ ਦੇ ਨਾਲ ਧਰਨੇ 'ਤੇ ਬੈਠੇਗੀ। ਹਾਂਜੀ ਵੀਰਕਾ ਸਾਹਿਬ, 25 ਤਾਰੀਖ ਕੋ ਕਿਸਾਨ ਜਥੇਬੰਦੀਓ ਨੇ ਬੰਦ ਕੀ ਗੁਹਾਰ ਲਗਾਈ ਹੈ, ਆਪਣਾ ਕਿਆ ਕਹਿਣਾ ਹੈ? ਦੇਖਿਏ, ਕਿਸਾਨ ਜਥੇਬੰਦੀਓ ਨੇ 25 ਤਰੀਕ ਕੋ ਬੰਦ ਕੀ ਕਾਲ ਲਗਾਈ ਹੈ ਔਰ ਕਿਸਾਨ ਜਥੇਬੰਦੀਓ ਕੇ ਸਾਥ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ MLA ਮੰਤਰੀ ਮੈਂਬਰ ਪਾਰਲੀਮੈਂਟ ਔਰ ਕਾਂਗਰਸ ਕੇ ਨੇਤਾਓਂ ਕੋ ਯੇ ਅਪੀਲ ਕੀ ਹੈ ਕਿ ਕਿਸਾਨ ਜਥੇਬੰਦੀਓ ਕਾ ਸਾਥ ਦੇਂ, ਕਿਸਾਨ ਜਥੇਬੰਦੀਓ ਕੀ ਮੂਵਮੈਂਟ ਮੇਂ ਸਾਥ ਦੇਂ ਔਰ ਹਮ ਸਭ ਕਿਸਾਨ ਜਥੇਬੰਦੀਓ ਕੇ ਸਾਥ ਹੈ ਔਰ ਕਿਸਾਨ ਆਰਡੀਨੈਂਸ ਕੇ ਵਿਰੋਧ ਮੇਂ ਹਮ ਸਭ ਸੜਕੋਂ ਪੇ ਉਤਰੇਂਗੇ। ਜਲਦ ਹੀ ਕੈਪਟਨ ਅਮਰਿੰਦਰ ਸਿੰਘ ਔਰ ਸੁਨੀਲ ਜਾਖੜ ਕੀ ਅਗਵਾਈ ਮੇਂ ਦਿੱਲੀ ਮੇਂ ਹਮ ਧਰਨਾ ਦੇਣੇ ਕਾ ਪਲਾਨ ਕਰ ਰਹੇ ਹੈ, ਜਿਸਮੇਂ ਸਭੀ MLA ਮੰਤਰੀ ਔਰ ਪੂਰੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਕੀ ਅਗਵਾਈ ਮੇਂ ਦਿੱਲੀ ਮੇਂ ਕਿਸਾਨੋ ਕੇ ਹੱਕ ਮੇਂ ਧਰਨਾ ਦੇਗੀ। ਕਿਸਾਨ ਆਰਡੀਨੈਂਸ ਦੇਸ਼ ਵਿਰੋਧੀ ਹੈ, ਕਿਸਾਨ ਕਹਿ ਰਹੇ ਹੈ ਕਿ ਦੇਸ਼ ਵਿਰੋਧੀ ਨਰਿੰਦਰ ਮੋਦੀ।